ਬੀਤੇ ਦਿਨੀ ਹਲਕਾ ਜਨਾਲਾ ਦੇ ਕਈ ਪਿੰਡਾਂ ਵਿੱਚ ਸੋਨੂੰ ਜਾਫਰ ਉੱਗੇ ਸਮਾਜ ਸੇਵਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਉਹਨਾਂ ਦੀ ਟੀਮ ਵੱਲੋਂ ਅਤੇ ਮਿਸਟਰ ਬਨਾਰਡ ਮਲਿਕ ਆਸਟ੍ਰੇਲੀਆ ਵਾਲਿਆਂ ਦੇ ਸਹਿਯੋਗ ਨਾਲ ਹੁਣ ਤੱਕ 500 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਸੈਂਬਲ ਦੂਜੇਵਾਲ, ਸਰਪੰਚ ਦਲਬੀਰ ਸਿੰਘ, ਬਗੀਚਾ ਸਿੰਘ, ਜਗੀਰ ਸਿੰਘ, ਕੁਲਵਿੰਦਰ ਰਮਦਾਸ, ਡੇਵਿਡ ਅਲੀਆਲ, ਹਰਪਾਲ ਮਲਕਪੁਰ, ਚੰਦ ਮਸੀਹ, ਜਾਫਰ ਕੋਟ, ਵਾਰਸ ਮਸੀਹ ਅਤੇ ਕਈ ਹੋਰ ਮੌਜੂਦ ਸਨ। Subscribe now and press the bell icon. Never miss an update.